ਸਤਿ ਸ੍ਰੀ ਅਕਾਲ ਫਰੈਂਡਸ ਮੈਂ ਸਰਬਜੀਤ ਕੋਰਟਾ ਦਾ ਸਭ ਤੋਂ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਵਿਲੇਜ ਫੂਡ ਫੈਕਟਰੀ ਚ ਜਿਸ ਸਜਮਿਆ ਲੈ ਕੇ ਆਈਆਂ ਇਸ ਵਸੰਦੀ ਇੱਕ ਐਸੀ ਸਬਜੀ ਜਿਹੜੀ ਤੁਸੀਂ ਸ਼ਾਇਦ ਹੀ ਪਹਿਲੇ ਟਰਾਈ ਕੀਤੀ ਹੋਏਗੀ ਤੇ ਜਿਉ ਇਹ ਸਬਜੀ ਵੇਖੋਗੇ ਨਾ ਤੇ ਇਸ ਸਬਜੀ ਦੇ ਵੇਖਣ ਤੋਂ ਬਾਅਦ ਤੁਸੀਂ ਸਬਜੀ ਨੂੰ ਡੈਫੀਨਟਲੀ ਟਰਾਈ ਜ਼ਰੂਰ ਕਰੋਗੇ ਇਹ ਸਬਜੀ ਬਣਾਉਣ ਵਾਸਤੇ ਪਰੋਵਾਂਗੇ ਇੱਕ ਢਿੱਤੇ ਤੇਲ ਤੇਲ ਨੂੰ ਹੌਂਦਵਾਗੇ ਗਰਮ ਥੋੜੀ ਜੀ ਹਿੰਗ ਲਵਾਂਗੇ ਇੱਕ ਚਮਚ ਜੀਰਾ ਲਵਾਂਗੇ ਜੀਰਾ ਤੇ ਹਿੰਗ ਨੂੰ ਚਟਕਨ ਦਵਾਂਗੇ ਹੁਣ ਇੱਕ ਪਿਆਜ਼ਾ ਨੂੰ ਮੈਂ ਬਾਰੀਕ ਕੱਟ ਲੈ ਤੈਨੂੰ ਵੀ ਥੋੜਾ ਜਿਹਾ ਪਕਾਵਾਂਗੇ ਹੁਣ ਮੈਂ ਅਦਰਕ ਤੇ ਲਸਣ ਦਾ ਪੇਸਟ ਲੈ ਰਹੀ ਹਾਂ ਇੱਕ ਚਮਚ ਤੇ ਇਹਨਾਂ ਨੂੰ ਪਿਆਜ਼ ਨੂੰ ਤੇ ਅਦਰਕ ਲਸਣ ਦੇ ਪੇਸਟ ਨੂੰ ਪਕਾ ਲਾਂਗੇ ਆਪਾਂ ਉਹਨਾਂ ਨੂੰ ਹਲਕਾ ਗੁਲਾਬੀ ਕਰਨਾ ਹੈ ਹੁਣ ਇਹ ਦੋ ਟਮਾਟਰ ਨੇ ਟਮਾਟਰ ਦਾ ਪੇਸਟ ਬਣਾਇਆ ਸੀ ਮੈਂ ਹੌਣ ਵਿੱਚ ਪਤਾ ਹੈ ਤੇ ਹੁਣ ਇਹ ਇਹਦੇ ਵਿੱਚ ਇਹਨਾਂ ਅਟਾ ਪਟੜ ਦਾ ਪੇਸਟ ਵੀ ਪੱਕ ਚੁੱਕਿਆ ਤੇ ਹੁਣ ਜਿਹੜਾ ਮਸਾਲੇ ਪਾੜੇ ਸ਼ੁਰੂ ਕਰਾਂਗੇ ਹਲਦੀ ਗਰਮ ਮਸਾਲਾ ਨਮਕ ਅਕੋਰਡਿੰਗ ਟੂ ਟੇਸਟ ਵਾਦਿਆ ਘੱਟ ਲੈ ਸਕਦੇ ਹੋ ਦੇਗੀ ਮਿਰਚ ਸਬਜੀ ਮਸਾਲਾ ਧਨੀਆ ਪਾਊਡਰ ਤੇ ਲਾਲ ਮਿਰਚ ਤੇ ਮੈਂ ਲਾਲ ਮਿਰਚੇ ਦਾ ਯੂਜ਼ ਕਰ ਰਹੀ ਐ ਇਹ ਮੈਂ ਬਿਲਕੁਲ ਜਿਹੜੀ ਸਬਜੀ ਨਾਲ ਰਾਜਸਥਾਨ ਸਟਾਈਲ ਵਿੱਚ ਬਣਾ ਰਹੀ ਐ ਕਿਉਂਕਿ ਉਹ ਜਿਹੜੇ ਇੱਕ ਦੇਗੀ ਮਿਰਚ ਦਾ ਤੇ ਇੱਕ ਲਾਲ ਮਿਰਚ ਦਾ ਯੂਜ਼ ਬਹੁਤ ਜ਼ਿਆਦਾ ਕਰਦੇ ਉਹ ਹਰੀ ਮਿਰਚੇ ਦਾ ਬਹੁਤ ਕੱਟ ਯੂਜ਼ ਕਰਦੇ ਨੇ ਇਸ ਕਰਕੇ ਜਿਹੜੀ ਐ ਸਬਜੀ ਵਿੱਚ ਮੈਂ ਹਰੀ ਮਿਰਚ ਨਹੀਂ ਪਾ ਰਹੀ ਐ ਇਹ ਤੇ ਬਾਕੀ ਤੁਸੀਂ ਯੂਜ਼ ਕਰਨੀ ਹੋਏ ਤਾਂ ਤੁਸੀਂ ਕਰ ਵੀ ਸਕਦੇ ਹੋ ਹੁਣ ਜਿਹੜਾ ਤੜਕਾ ਵੀ ਥੋੜਾ ਥੋੜਾ ਜਿਹੜਾ ਆਪਣਾ ਪੱਕ ਗਿਆ ਤੇ ਹੁਣ ਦੇਖੋ ਤੜਕਾ ਜੋ ਪੱਕਾ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਹ ਆਇਲ ਛੱਡਣਾ ਸ਼ੁਰੂ ਕਰ ਦਿੰਦਾ ਹੈ ਥੋੜਾ ਸਟਿਮ ਵਿੱਚ ਵੀ ਮੈਂ ਸਲੋ ਫਲੇਮ ਤੇ ਪਕਾਉਣ ਲੱਗੀ ਆ ਤਾਂ ਕਿ ਜਿਹੜਾ ਕਲਰ ਹੈ ਉਹ ਵਧੀਆ ਤਰਾ ਆ ਜਾਏ ਹੁਣ ਦੇਖ ਸਕਦੇ ਹੋ ਪਿਆਜ਼ ਤੇ ਜਿਹੜਾ ਟਮਾਟਰ ਤੇ ਮਸਾਲੇ ਨੇ ਉਹ ਅੱਛੀ ਤਰ੍ਹਾਂ ਪੱਕ ਚੁੱਕੇ ਨੇ ਆਇਲ ਬਿਲਕੁਲ ਅਲੱਗ ਹੋ ਰਿਹਾ ਹੁਣ ਜਿਹੜਾ ਇੱਥੇ ਮੈਂ ਥੋੜਾ ਪਾਣੀ ਐਡ ਕਰ ਦਾਂਗੀ ਤੇ ਥੋੜਾ ਪਾਣੀ ਐਡ ਕਰਕੇ ਆਪਾਂ ਮਿਕਸ ਕਰਾਂਗੇ ਹੁਣ ਜਿਹੜਾ ਤਣੀਆਂ ਪਾ ਦਾਂਗੇ ਤਣੀਆਂ ਜਿਹੜਾ ਹਰ ਇੱਕ ਸਬਜ਼ੀ ਦਾ ਜਿਹੜਾ ਟੇਸਟ ਕੋ ਜਿਹੜਾ ਫਲੇਵਰ ਬਹੁਤ ਜਿਹੜਾ ਨਿਖਾਰ ਦਿੰਦਾ ਹੁਣ ਇਹਨਾਂ ਨੂੰ ਥੋੜਾ ਜਿਹਾ ਢੱਕਾ ਕੇ ਪੱਕਣ ਦਵਾਂਗੇ ਤੇ ਇਧਰ ਜਿਹੜਾ ਬੇਸਣ ਉਹਦਾ ਉਹਨੂੰ ਆਪਾਂ ਤਿਆਰ ਕਰਾਂਗੇ ਵਿੱਚ ਨਮਕ ਤੇ ਮਿਰਚ ਤੇ ਥੋੜੀ ਜਿਹੀ ਹਲਦੀ ਪਾਈ ਹੈ ਹੁਣ ਇਹਨੂੰ ਸਾਰ ਨੂੰ ਆਪਾਂ ਪਾਣੀ ਦੇ ਨਾਲ ਗੁੰਨਾਂਗੇ ਮੈਂ ਇੱਥੇ ਮੋਟਾ ਬਿਸਣਾ ਲੈ ਰਹੀ ਤੁਸੀਂ ਇਹ ਰੈਗੂਲਰ ਬਿਸਣ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੋ ਉਹ ਤੁਸੀਂ ਲੈ ਸਕਦੇ ਹੋ ਹੁਣ ਅੱਛੇ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜਿਹੜਾ ਥੋੜਾ ਥੋੜਾ ਪਾਣੀ ਕਰਕੇ ਇਹਦਾ ਚਾੜ ਕਰਾਂਗੇ ਆਪਾਂ ਇਹ ਨਾਤੇ ਇਹਦਾ ਡੋ ਬਣਾਣਾ ਹੈ ਤੇ ਨਾ ਹੀ ਬਿਸਣ ਨੂੰ ਐਵੇਂ ਛੱਡਣਾ ਬਸ ਥੋੜਾ ਥੋੜਾ ਪੀਸਿਸ ਜੇ ਤੁਸੀਂ ਆਪਣੀ ਮਰਜ਼ੀ ਤੇ ਬਣਾ ਲੈਣਾ ਮਮ ਜਿਹੜੀ ਸਬਜ਼ੀ ਨੂੰ ਬਹੁਤ ਜ਼ਿਆਦਾ ਵਧੀਆ ਤੇ ਬਹੁਤ ਜ਼ਿਆਦਾ ਸੰਗਣੀ ਬਣਦੀ ਹੈ ਇਹ ਦੇਖੋ ਮੈਂ ਸਿਰਫ ਮੈਂ ਗੋਲੇ ਜੇ ਬਣਾਉਂਦੀ ਆ ਹਲਕੇ ਹਲਕੇ ਗੋਲੇ ਬਸ ਹਲਕੇ ਹਲਕੇ ਜੇ ਅਮਦੇ ਗੋਲੇ ਬਣਾ ਕੇ ਆਪਾਂ ਤਿਆਰ ਕਰ ਲਾਂਗੇ ਹੁਣ ਇਹ ਸਭ ਜਿਹੜਾ ਤੜਕਾ ਬਣਾਇਆ ਸੀ ਉਹ ਸਾਰਾ ਤਿਆਰ ਹੈ ਤੇ ਹੁਣ ਐਵੇਂ ਵਿੱਚ ਸੁੱਟ ਦੇਣੇ ਨੇ ਕੋਈ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਨਾ ਪਾਣ ਨੂੰ ਫਰਾਈ ਕਰਨਾ ਨਾ ਕੁਝ ਕਰਨਾ ਬਸ ਅਡਰ ਨਾਲ ਸਿੱਧਾ ਐਵੇਂ ਪਾ ਦੇਣਾ ਇਹ ਜਿਹੜੀ ਸਬਜੀ ਨਾਲ ਬਹੁਤ ਜ਼ਿਆਦਾ ਟ੍ਰੇਸਟੀ ਬਣਦੀ ਹੈ ਤੇ ਇੱਕ ਵਾਰ ਟ੍ਰਾਈ ਜ਼ਰੂਰ ਕਰਨਾ ਜੇ ਤੁਹਾਨੂੰ ਵੀਡੀਓ ਪਸੰਦ ਕਰੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ WhatsApp ਤੇ ਸਟੈਟਸਿਸ ਲਗਾ ਲੈ ਵੀਡੀਓ ਨੂੰ ਤਾਂ ਕਿ ਜਿਹੜੀ ਵੱਧ ਤੋਂ ਵੱਧ ਲੋਕਾਂ ਦੇ ਕੋਲ ਜਾ ਸਕੇ Facebook ਤੇ ਤੇ Instagram ਤੇ ਵੀ ਇਹ ਜਿਹੜੀ ਵੀਡੀਓ ਆਂਦੀ ਹੈ ਤੇ ਤੁਸੀਂ Facebook ਤੇ ਵੀ ਸ਼ੇਅਰ ਜ਼ਰੂਰ ਪਾ ਰਿਆ ਕਰੋ ਹੁਣ ਬਸ ਸਾਰੇ ਪਾ ਦਾਂਗੀ ਤੇ ਇਹ ਬੇਸਨ ਦੇ ਜਿਹੜੇ ਆਪਾਂ ਬਣਾਏ ਸੀ ਗੋਲੇ ਜਿਤੇ ਇਹਨਾਂ ਨੂੰ ਆਪਾਂ ਫਿਰ ਜੰਦਵਾਾਂਗੇ ਲੇਡ ਲਗਾ ਕੇ ਇਹਨੂੰ ਥੋੜੀ देर ਪੱਕਣ ਦਵਾਾਂਗੇ ਸਟੀਮ ਵਿੱਚ ਹੁਣ ਇੱਕ ਰਿਮਾ ਹੈ ਲਾ ਰਹੀ ਹਾਂ ਦੇਖ ਸਕਦੇ ਹੋ ਕਿ ਕੋਈ ਵੀ ਜਿਹੜੇ ਜਿਹੜੇ ਕੋਲੇਜ ਨਾਈਸ ਨੇ ਉਹ ਟੁੱਟੇ ਨਹੀਂ ਆ ਗਏ ਐਜ਼ ਇਟ ਇਜ਼ ਹੀ ਹੈਗੇ ਨੇ ਦੇਖੋ ਕਿੰਨੇ ਵਧੀਆ ਸਬਜੀ ਬਣ ਕੇ ਤਿਆਰ ਹੋਉਂਦੀ ਹੈ ਤੇ ਇਹਦੇ ਵਿੱਚ ਕੁਝ ਵੀ ਕਰਨਾ ਨਹੀਂ ਹੈਗਾ ਬਸ ਸਿਰਫ ਸਲੋ ਸਟੀਮ ਤੇ ਹੁਣ ਜਿਹੜੇ ਮੈਂ ਇਹਨੂੰ ਥੋੜੀ ਦਮ ਹੋਰ ਪਕਾਵਾਂਗੀ ਤੇ ਧਨੀਆ ਹੋਰ ਐਡ ਕਰ ਦਾਂ ਥੋੜੀ ਦਮ ਵਾਸਤੇ ਹੋਰ ਪਕਾਵਾਂਗੇ ਇਹਨੂੰ ਥੋੜੀ ਦਮ ਅਜੇ ਕੋਚੂ ਐਕਸਟਰਾ ਪਾਂਦੀ ਲੋੜ ਨੇ ਬਹੁਤ ਘੱਟ ਮਸਾਲੇ ਦੇ ਨਾਲ ਜਿਹੜੀ ਇਹ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ ਹੁਣ ਸਲੋ ਫਲੇਮ ਤੇ ਹੀ ਮੈਂ ਉਹਦੇ ਉੱਤੇ ਪਕਾਇਆ ਪਕਾਉਂਦੀ ਹਾਂ ਤੇ ਜਿਹੜੀ ਹੁਣ ਇਹ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਤੁਸੀਂ ਨਾਲ-ਨਾਲ ਖਾ ਪਰਾਂਠੇ ਨਾਲ ਖਾਓ ਜਾਂ ਮਿਸੀ ਰੋਟੀ ਨਾਲ ਖਾਓ ਜਾਂ ਤੰਦੂਰੀ ਰੋਟੀ ਨਾਲ ਖਾਓ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਲੱਗਣ ਵਾਲੀ ਤੇ ਸਾਰੇ ਤੁਹਾਡੇ ਕੋਲ ਇਸ ਸਬਜ਼ੀ ਦੀ ਰੈਸਪੀ ਪੁੱਛਣਗੇ ਕਿ ਇਹ ਸਬਜ਼ੀ ਬਣਾਈ ਕਿਤਰਾ ਹੈ ਬਹੁਤ ਜ਼ਿਆਦਾ ਟੇਸਟੀ ਬਣਾਈ ਹੈ ਤੇ ਇਹ ਜਿਹੜੀ ਸਬਜ਼ੀ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਤੇ ਵੀਡੀਓ ਵਾਚ ਕਰਦੇ ਕਰਦੇ ਨਾ ਸਾਰਾ ਪੰਜਾਬੀ ਵੀਡੀਓ ਓਪਨ ਕਰਦੇ ਨਾ ਸਭ ਤੋਂ ਪਹਿਲਾਂ ਜਿਹੜਾ ਲਾਈਕ ਕਰ ਦਿਆ ਕਰੋ ਤੇ ਵੀਡੀਓ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਕਿਉਂਕਿ ਐਵੇਂ ਨਾ ਵੀਡੀਓ ਵੇਖਦੇ ਵੇਖਦੇ ਬੰਦਾ ਗੁਆਚ ਜਾਂਦਾ ਹੈ ਤੇ ਫਿਰ ਕਮੈਂਟ ਕਰਨਾ ਭੁੱਲ ਜਾਂਦਾ ਹੈ ਹੁਣ ਜਿਹੜੇ ਸਬਜੀ ਦੇ ਉੱਤੇ ਥੋੜਾ ਥੋੜਾ ਰੋਗਨ ਪਾ ਰਹੀ ਐ ਤਾਂ ਕਿ ਜਿਹੜੀ ਲੁੱਕ ਬਹੁਤ ਵਧੀਆ ਐ ਹੁਣ ਡਾਈਨਿੰਗ ਟੇਬਲ ਤੇ ਲੈ ਕੇ ਜਾਣੀ ਐ ਤਾਂ ਇਹਨੂੰ ਇੱਕ ਮਿੰਟ ਚ ਨਾ ਤੇ ਧਨੀਏ ਦੀ ਥੋੜੀ ਜਿਹੀ ਪੱਤੀ ਨਾਲ ਡੈਕੋਰੇਟ ਕਰ ਲੈਣੇ ਆ